ਉਹ ਯਾਰ ਆ ਗਈ ਓਏ ਆ ਲਾਸ਼ ਆਓ ਇਹਨੂੰ ਖਿੱਚੀਏ ਛੱਡ ਪਰੇ ਯਾਰ ਰਹਿਣ ਦੇ ਲਈਏ ਰਹਿਣ ਦੇ ਇਹਨੂੰ ਛੱਡ ਦੇ ਇਹ ਕਰ ਨਹੀਂ ਛੱਡ ਚੱਲ ਛੱਡ ਪਰਾ ਫਿਰ ਵੀਰੇ ਇੱਦਾਂ ਨਾ ਜਾਓ ਕਿਹਨੇ ਸਾਨੂੰ ਸਾਨੂੰ ਤੇ ਵੇਖ ਲਿਆ ਹੋਣਾ ਕਿਸੇ ਨੇ ਸਾਡਾ ਨਾਂ ਲੱਗ ਜਾਣਾ ਜੇ ਪੁਲਿਸ ਬੁਲਾਉਣੀ ਪੈਣੀ ਜਿੱਥੇ ਭਰਾ ਅਸੀਂ ਨਹੀਂ ਬੁਲਾਉਣੀ ਅਸੀਂ ਤੇ ਅੱਗੇ ਨਹੀਂ ਘਰ ਦੱਸ ਕੇ ਮੰਮੀ ਤੋਂ ਦੱਸ ਕੇ ਨਹੀਂ ਆਏ ਮੰਮੀ ਨੂੰ ਵੀ ਅਸੀਂ ਚੱਲੇ ਭਰਾ ਉਹ ਭਰਾ ਕੱਲ ਨੂੰ ਜੁੱਤੀਆਂ ਪੈਣਗੀਆਂ ਘਰੋਂ ਮੈਨੂੰ ਕਹਿਣਾ ਪੈਣਾ ਵਾ ਪੁਲਿਸ ਨਹੀਂ ਲਾਉਣਾ ਭਰਾ ਤੂੰ ਲਾ ਦੇ ਫੋਨ ਨਹੀਂ ਭਰਾ ਲਾਉਣਾ ਨਹੀਂ ਲਾਉਣਾ ਲਾਉਣਾ ਭਰਾ ਮੁੜ ਤੁਹਾਡਾ ਨਾਂ ਲੱਗ ਜੂਗਾ ਚੰਗੇ ਰਵਾਂਗੇ ਵਾਹ ਚੱਲੀ ਛੱਡ ਪਰੇ ਹਾਂ ਇਹਨੂੰ ਆਪੇ ਲਾ ਲੂਗਾ ਪਸ਼ੂਗਾ ਹੈਲੋ ਹਾਂਜੀ ਸਰ ਇੱਧਰ ਨਾ ਲਾਸ਼ ਪਈ ਇੱਥੇ ਨਹਿਰ ਤੇ ਪਰ ਉਹਦੇ ਬਾਬੇ ਜੀ ਗਈ ਨਾ ਉਹ ਨਾ ਤਾਂ ਚਲ ਗਈ ਬਾਬਾ ਜੀ ਕੋ ਤੇ ਤਾਰਾ ਬਣ ਕੇ ਸਾਡੇ ਵੇਖਣ ਡੀ ਆ ਹਾਂ ਉਹ ਤੈਨੂੰ ਵਹਿੰਦੀ ਆ ਮੇਰੀ ਧੀ ਕੀ ਕਰਨ ਡਈ ਆ ਖੁਸ਼ ਵਾ ਕੇ ਨਹੀਂ ਖੁਸ਼ ਤੇ ਤੂੰ ਖੁਸ਼ ਰਿਹਾ ਕਰ ਜੇ ਤੂੰ ਦੁਖੀ ਹੋਈ ਨਾ ਫਿਰ ਉਹਨੇ ਵੀ ਦੁਖੀ ਹੋਣਾ ਸੀ ਮੰਮਾ ਨੇ ਠੀਕ ਆ ਸਮਰੀਤ ਹਾਂਜੀ ਦਾਦੂ ਉਹ ਤੂੰ ਪੜ੍ਹ ਲੈਣਾ ਸੀ ਘੜੀ ਮੈਂ ਪੜ੍ਹ ਲਿਆ ਹੈਗਾ ਪੜ੍ਹ ਲਿਆ ਮੇਰੀ ਧੀ ਨੇ ਹਾਂ ਅੱਛਾ ਤੇ ਤੂੰ ਪਾਪਾ ਲੱਗੇ ਕੀ ਕਰਨ ਡਿਆ ਪੁੱਤੇ ਮੈਂ ਤਾਂ ਉਦਾਂ ਹੀ ਕਿ ਪਾਪਾ ਇਕੱਲੇ ਇੱਥੇ ਬੈਠੇ ਹੀਗੇ ਅੱਛਾ ਤੇ ਜਾ ਦਾਦੀ ਨੂੰ ਕਹਿ ਜਾਂ ਚਾਚੀ ਨੂੰ ਕਹਿ ਚਾਹ ਬਣਾਉਣ ਚਾਚੀ ਨੂੰ ਕਹਿੰਦੇ ਪੁੱਤ ਉਹ ਬਣਾ ਲੈਂਦੀ ਚਾਹ ਪੁੱਤ ਹਾਂਜੀ ਮੇਰੇ ਕੋ ਵੀ ਤੇਰਾ ਦੁੱਖ ਨਹੀਂ ਜਰਿਆ ਜਾਂਦਾ ਪਰ ਇਹ ਆ ਨਿਆਣੀ ਆ ਨਿੱਕੀ ਜੀ ਆਪਣਾ ਚਿਹਰਾ ਇੱਦਾਂ ਦਾ ਬਣਾਇਆ ਕਰ ਤੂੰ ਉਹਦੇ ਸਾਹਮਣੇ ਉਹਨੂੰ ਇਹ ਆ ਵੀ ਉਹਦੀ ਮਾਂ ਵੀ ਤੂੰ ਆ ਪਿਓ ਵੀ ਤੂੰ ਆ ਉਹਨੂੰ ਮਾਂ ਨਾ ਉਹਦੀ ਯਾਦ ਆਉਣ ਦੇ ਮੇਰਾ ਪੁੱਤ ਮੈਂ ਤੇ ਡੈਡੀ ਬਥੇਰਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਉਹਦੇ ਸਾਹਮਣੇ ਖੁਸ਼ ਰਿਹਾ ਕਰ ਹੁਣ ਦੁੱਖ ਤੇ ਪੈ ਗਿਆ ਵਾ ਬਹੁਤ ਵੱਡਾ ਇਹਦੇ ਵਿੱਚ ਹੁਣ ਕੁਛ ਨਹੀਂ ਆਪਾਂ ਕਰ ਸਕਦੇ ਤੇ ਨਿਆਣੀ ਨੂੰ ਉਹਦੀ ਮਾਂ ਨਾ ਯਾਦ ਆਉਣ ਦੇ ਤੂੰ ਇਕੱਲਾ ਆਣ ਕੇ ਚੁੱਪ ਕਰਕੇ ਬਹਿ ਜਾਣਾ ਤੇ ਨਿਆਣੀ ਦੇ ਸਿਰ ਤੇ ਕੀ ਅਸਰ ਹੋਊਗਾ ਸਿਹਤ ਤੇ ਅਸਰ ਹੀ ਹੋਣਾ ਉਹਦੀ ਤੇ ਵੀ ਨਹੀਂ ਨਹੀਂ ਉਹਨੂੰ ਮੈਂ ਸਮਝਾਉਂਦਾ ਰਹਿੰਦਾ ਵਾ ਵੀ ਮੇਰੇ ਪਾਪਾ ਇਕੱਲੇ ਸੋਚਦੇ ਰਹਿੰਦੇ ਨਿਆਣੀ ਕਈ ਗੱਲਾਂ ਨਿਆਣੇ ਬੱਚੇ ਸੋਚਦੇ ਮਨ ਦੇ ਵਿੱਚ ਤੇ ਆ ਵੀ ਮੇਰਾ ਪੁੱਤ ਇਕੱਲਾ ਨਾ ਵਿਆਹ ਕਰ ਇੱਦਾਂ ਚੁੱਪ ਕਰਕੇ ਤੂੰ ਨਾਲ ਹੀ ਵਿੱਚ ਪਰਿਵਾਰ ਦੇ ਵਿਆਹ ਕਰ ਤੇ ਨਿਆਣੀ ਵੀ ਉੱਥੇ ਤੇਰੇ ਲਾਗੇ ਬਹਿ ਜਾ ਕਰੂਗੀ ਪੁੱਤ ਡੈਡੀ ਜੀ ਉੱਥੇ ਬਹਿਣਾ ਤੇ ਉੱਥੇ ਕਈ ਕਈ ਲੜਾਈ ਚੱਲ ਪੈਂਦੀ ਆ ਫਿਰ ਤੇ ਮਨ ਨੂੰ ਉਤਰਾ ਹੁੰਦਾ ਇਹ ਸਾਡੇ ਘਰੋਂ ਲੜਾਈ ਖਰਿਆ ਕਦੋਂ ਮੁੱਕਣੀ ਆ ਹੁਣ ਤੇ ਜਿਹੜੀ ਸਾਡੀ ਚੰਗੀ ਧੀ ਸੀ ਮਨਪ੍ਰੀਤ ਉਹ ਵੀ ਮੁੱਕ ਗਈ ਆ ਤੇ ਹੁਣ ਹੀ ਲੜਾਈ ਮੁੱਕ ਜੇ ਸਾਡੇ ਘਰੋਂ ਤੇ ਮਨ ਨੂੰ ਸੋਚਦੇ ਆ ਵੀ ਕਿੱਦਾਂ ਹੋਊਗੀ ਹੁਣ ਚੱਲ ਤੁਸੀਂ ਵੀ ਨਾ ਬੋਲਿਆ ਕਰੋ ਬਹੁਤਾ ਸੁੱਖ ਮੈਂ ਬਹੁਤ ਕਹਿੰਦਾ ਹੀ ਕੋਈ ਨਹੀਂ ਮੈਂ ਕੀ ਕਹਿੰਦਾ ਵਾ ਮੇਰਾ ਤੇ ਸਭ ਕੁਝ ਮੁੱਕ ਹੀ ਗਿਆ ਵਾ ਚੱਲ ਮਾੜੀ ਆ ਚੰਗੀ ਆ ਉਹ ਆਪਣੀ ਆ ਨਹੀਂ ਆਪਣੀ ਮੈਂ ਉਹ ਨਹੀਂ ਕਹਿੰਦਾ ਬਗਾਨੀ ਆ ਅਸੀਂ ਕਿਉਂਕਿ ਪੁੱਤ ਇਹ ਆ ਵੀ ਚਲੋ ਅਸੀਂ ਧੀਆਂ ਬਣਾਉਣ ਡੇ ਆ ਮੈਂ ਤੇ ਧੀਆਂ ਬਣਾ ਕੇ ਰੱਖਦਾ ਪਰ ਧੀ ਨੂੰ ਵੀ ਥੋੜਾ ਜਿਹਾ ਉਹਨੂੰ ਵੀ ਬੋਲਣ ਦੀ ਅਕਲ ਹੋਣੀ ਚਾਹੀਦੀ ਸਮਝਾਉਣੀ ਚਾਹੀਦੀ ਆ ਨਾ ਹੁਣ ਮਨਪ੍ਰੀਤ ਨੂੰ ਵੇਖ ਕਿੰਨੀ ਅਕਲ ਸੀ ਤੱਤਾ ਠੰਡਾ ਮੈਨੂੰ ਉਸੇ ਵੇਲੇ ਦਿੰਦੀ ਸੀ ਬਾਹਰੋਂ ਜੇ ਮੈਂ ਮਗਰੋਂ ਜਾਣਾ ਪਹਿਲਾਂ ਹੀ ਉਹਨੇ ਠੰਡਾ ਪਾਣੀ ਮੈਨੂੰ ਫੜਾਉਣਾ ਕਦੀ ਸਕੰਜਮੀ ਬਣਾ ਕੇ ਰੱਖਣੀ ਕਦੀ ਕੋਹ ਕਦੀ ਕੋਹ ਮੇਰਾ ਲੀੜਾ ਕਦੀ ਇੱਦਾਂ ਮੰਜੀ ਤੇ ਨਹੀਂ ਰਹਿਣ ਦਿੰਦੀ ਉਸੇ ਵੇਲੇ ਧੋ ਕੇ ਪਾ ਦਿੰਦੀ ਡੈਡੀ ਸਾਰੇ ਇਨਸਾਨ ਇੱਕੋ ਜਿਹੇ ਫੜਾਉਂਦੇ ਆ ਮੈਂ ਮੰਨਦਾ ਵਾਂ ਪੰਜੇ ਉਂਗਲਾਂ ਹੀ ਨੇ ਬਰਾਬਰ ਫੜਾਉਂਦੀਆਂ ਸੁਭਾਅ ਵੱਖੋ ਵੱਖ ਹੁੰਦੇ ਆ ਚਿਹਰੇ ਵੱਖੋ ਵੱਖ ਹੁੰਦੇ ਆ ਆਹੋ ਇਹ ਤਾਂ ਗੱਲ ਹੈ ਆ ਪਰ ਇਹ ਪੁੱਤ ਤੂੰ ਵੀ ਇੱਦਾਂ ਸੋਚਿਆ ਨਾ ਕਰ ਚੰਗਾ ਮੇਰਾ ਪੁੱਤ ਜਦੋਂ ਮੈਂ ਤੈਨੂੰ ਇਕੱਲੇ ਨੂੰ ਬੈਠਾ ਵੇਹਦਾ ਨਾ ਪੁੱਤ ਮੇਰੇ ਦਿਲ ਨੂੰ ਹੌਲ ਪੈਂਦੇ ਆ ਚਲੋ ਮੇਰਾ ਪੁੱਤ ਸੋਚਦਾ
ਤੇ ਸੋਚ ਸੋਚ ਕੇ ਸੋਚ ਸੋਚ ਕੇ ਪੁੱਤ ਅੰਦਰ ਦੁੱਖ ਲੱਗ ਜਾਂਦੇ ਆ। ਉਹਦਾ ਸਾਥ ਹੀ ਸਾਡੇ ਨਾਲ ਇੰਨਾ ਚਿਰ ਹੋਊਗਾ ਮਨਪ੍ਰੀਤ ਦਾ, ਹੈਂ ਤੇ ਰੱਬ ਦੇ ਭਾਣੇ ਨੂੰ ਜੋ ਮਨਜ਼ੂਰ ਰੱਬ ਨੂੰ ਉਹੀ ਹੋਣਾ ਪੁੱਤ, ਸਾਡੇ ਆਖਿਆ ਨੇ ਕੁਛ ਨਹੀਂ ਹੋਣਾ ਵੀ ਇੱਦਾਂ ਹੋ ਜੇ ਤੇ ਇੱਦਾਂ ਹੋ ਜੇ। ਚੱਲ ਮਾਂ ਪੁੱਤ ਨੇ ਨਾ ਇਤੋਂ ਹੀ ਕਰ ਲਈ ਨਾ, ਸੋਹਣੇ ਬਾਬੂ ਬਣ ਗਏ ਆ। ਚਾਚੀ ਹਾਂਜੀ ਪੁੱਤ, ਦਾਦੂ ਪਾਪਾ ਕਹਿੰਦੇ ਆ ਕਿ ਚਾਹ ਬਣਾ ਦੋ। ਕੋਈ ਨੀ ਬਣਾ ਦਿੰਦੀ ਆ, ਆ ਮੈਂ ਗੁਰਬਰਨ ਨੂੰ ਕੱਪੜੇ ਪਾਣਾ ਤੇ ਆਪਣੇ ਵੀ ਵਾਲ ਝਾੜਨਾ, ਨਾ ਕੀ ਆਈ ਆ ਨਾ। ਪਰ ਚਾਚੀ ਚਾਹ ਕਿੱਦਾਂ ਬਣਾਈਦੀ ਆ? ਚਾਹ ਚਾਹ ਪੈਨੋ ਪਾਣੀ ਰੱਖ ਲਈਦਾ, ਜਿੰਨੇ ਕੇ ਜੀ ਹੋਣ ਉਹਨੇ ਕੇ ਵੇਖ ਲਈਦਾ ਵਾ, ਤੇ ਪਾਣੀ ਥੋੜਾ ਜਿਹਾ ਪਾ ਕੇ ਗੈਸ 'ਚ ਰੱਖ ਲੈਣਾ ਜਦੋਂ ਥੋੜਾ ਜਿਹਾ ਗਰਮ ਹੋ ਗਿਆ, ਫਿਰ ਵਿੱਚ ਪੱਤੀ ਖੰਡ ਪਾ ਦੇਈਦੀ ਆ, ਫਿਰ ਜਦੋਂ ਰਿੱਝ ਜੇ ਐ ਪਾਲਾ ਆ ਜੇ ਨੀ ਕਿਤੇ ਛੋਰੀ ਗਰੀਬ ਬਣ ਗਈ, ਫਿਰ ਵਿੱਚ ਦੁੱਧ ਪਾ ਦੇਈਦਾ ਵਾ। ਬਸ ਬਸ ਸੌਖੀ ਚਾਹ ਬਣਾਉਣੀ ਥੋੜੀ ਔਖੀ ਆ। ਫੇ ਮੈਂ ਚਾਹ ਬਣਾਵਾਂ? ਇਹਦਾ ਕਾਕੇ ਦਾ ਪਾਊਡਰ ਵੇਖਾਂ ਕਿੱਥੇ ਆ? ਇੱਥੇ ਹੋਣਾ। ਚਾਹ ਤੂੰ ਬਣਾਉਂਗੀ? ਹਾਂ ਵੇਖ ਲੈ ਪੁੱਤ, ਰੱਖ ਪਾਣੀ ਫਿਰ ਤੂੰ। ਪਰ ਇਹ ਕਿੰਨੇ ਜਾਣੇ ਆ, ਤੁਸੀਂ ਪੀਣੀ ਚਾਹ? ਆਹੋ ਮੈਂ ਵੀ ਲੈ ਕੇ ਆਈ, ਮੈਂ ਵੀ ਪੀ ਲੈਣੀ ਆ। ਚਾਚੀ ਦਾਦੀ ਮੰਮਾ ਦਾਦੂ ਪਾਪਾ ਤੇ ਮੈਂ ਤੇ ਪਾਪਾ, ਅਸੀਂ ਪੰਜ ਜਾਣੇ ਆ, ਫਿਰ ਕਿੰਨਾ ਪਾਣੀ ਪਾਵਾਂ? ਪੰਜ ਜਾਣੇ ਹੋ ਗਏ ਆ, ਪੰਜ ਜਾਣੇ ਹੋ ਗਏ ਆ, ਤੇ ਇੱਦਾਂ ਕਰ ਤੂੰ 3 ਕੱਪ ਚਾਹ ਦੇ ਉਹਦੇ ਪਾਣੀ ਦੇ ਪਾ ਲਾ, ਤੇ 2 ਕੱਪ ਵਿੱਚ ਦੁੱਧ ਦੇ ਪੈ ਜਾਣੇ ਆ। ਹਾਂ ਆਹੋ ਠੀਕ, ਰੱਖ ਮੇਰਾ ਪੁੱਤ, ਫਿਰ ਮੈਂ ਆਉਂਦੀ ਆ, ਖੰਡ ਪੱਤੀ ਪਾ ਦਿੰਦੀ, ਮੈਂ ਇਹਨੂੰ ਨਾ ਕੱਪੜੇ ਪਾ ਲਾ। ਠੀਕ, ਧਿਆਨ ਨਾਲ ਰੱਖ ਚੰਗਾ ਗੈਸ ਬਾਲੀ। ਠੀਕ, ਤਾਂ ਕਰੋ ਪਾਊਡਰ ਪਾਵਾਂ ਆਪਣੇ ਪੁੱਤ ਨੂੰ। ਤੇ ਸੋਹਣਾ ਹੀ ਕਾਕਾ ਬਣ ਦਿਆ, ਤੇ ਸੋਹਣੀ ਸੋਹਣੀ ਸਮੈਲ ਆਉਂਦੀ ਆਉਂਦੀ। ਕੁਛ ਨਹੀਂ ਕੀਤਾ ਮੈਂ, ਕੀ ਕਰਤਾ ਵਾ, ਲੈ ਸਾਫ ਕਰਦੀ ਆ। ਕਿਤੇ ਸ਼ੌਕੀਨ ਹੀ ਹੁੰਦਾ ਜਾਂਦਾ ਦਿਨੋ ਦਿਨ ਕਿਤੇ, ਵੀ ਉਹ ਤੇਰਾ ਤੇ ਇੰਨਾ ਸ਼ੌਕੀਨ ਨਹੀਂ ਆ, ਹੈ ਉਹ ਤੇ ਜਿਹੜਾ ਮਰਜ਼ੀ ਕੱਪੜਾ ਪਾ ਲੈਂਦਾ। ਤੂੰ ਮਾਂ ਤੇ ਗਿਆ ਸ਼ੌਕੀਨ ਹੈ, ਨਾਨੀ ਤੇਰੀ ਵੀ ਬੜੀ ਸ਼ੌਕੀਨ ਹੀ ਓ। ਆਹੋ ਕੀ ਸਗੋਂ ਗੁਰਵਰ ਤੇਰਾ ਵੀ ਮੈਂ ਸਿਰ ਨਵਾ ਲਈ ਦਿੰਦੀ ਤੇ ਵਧੀਆ ਰਹਿਣਾ ਸੀ, ਗਰਮੀ ਚ ਪਸੀਨਾ ਪਸੂਨਾ ਆਇਆ ਹੁੰਦਾ ਵਾ। ਹੈ ਮੰਮਾ ਕੀ ਕਹਿੰਦੀ ਆ, ਗੱਲ ਵੱਲ ਧਿਆਨ ਹੈਗਾ ਵਾ ਕਿ ਨਹੀਂ ਹੈਗਾ? ਹੈ ਚਲ ਜੀ, ਚਲੋ ਠੀਕ ਹੈ, ਚਾਹ ਬਣ ਗਈ ਨਹੀਂ ਸੀ, ਪੀਓ ਜਾ ਕੇ, ਮੈਂ ਆਉਣਾ। ਚੱਲ ਆ ਜਾ ਤੂੰ ਵੀ, ਮੇਰਾ ਪੁੱਤ ਪੀ ਲਾ, ਆ ਜਾ ਆਉਣਾ ਆਉਣਾ, ਆ ਜਾ ਆ ਜਾ ਆ ਜਾ। ਡੈਡੀ ਮੈਨੂੰ ਆਪ ਕੇ ਨਾ ਸਮਝਾਉਂਦੇ ਹੀ, ਉਹ ਤਾਂ ਆਪ ਜ਼ਿਆਦਾ ਦੁਖੀ ਹੁੰਦੇ ਹੀ, ਨਿੱਕੀ ਨਿੱਕੀ ਗੱਲ ਦੇ ਖੇਡਦੇ ਰਹਿੰਦੇ ਆ। ਮੇਰੇ ਲਈ ਕਿਹੜੀ ਵਸਦੀ ਗੱਲ ਵਾ, ਭਲਾਉਣਾ ਕਿਹੜਾ ਸੌਖਾ ਵਾ, ਰੱਬਾ ਤੂੰ ਵੀ ਕਈ ਇਹੋ ਚੀਜ਼ ਬਣਾਈ ਹੁੰਦੀ ਜਿਹੜੇ ਦੁਨੀਆਂ 'ਚ ਚੱਲ ਜਾਂਦੇ ਆ, ਜਦੋਂ ਯਾਦ ਕਰੇ ਬੰਦਾ ਵਾਪਸ ਤਾਂ ਆ ਜਾਇਆ ਕਰਨ, ਕਦੇ ਵਾਪਸ ਵੀ ਨਹੀਂ ਆਉਂਦੇ। ਮੈਂ ਤਾਂ ਇਹ ਸਾਰਾ ਕੁਛ ਪਾਤਾ ਹੁਣ, ਪੱਤੀ ਵੀ ਪਾਤੀ, ਖੰਡ ਵੀ ਪਾਤੀ, ਇਲਾਚੀ ਵੀ ਪਾਤੀ, ਲੱਗਦਾ ਪਾਣੀ ਗਲੀ 'ਚ ਦੁੱਧ ਪਾ ਦਿੰਦੀ ਆ। ਹਾਂ ਦੁੱਧ ਪਾਉਂਦੀ ਹਾਂ। ਚਾਚੀ ਦੁੱਧ ਕਿਹੜਾ ਪਾਉਣਾ ਵਾ ਚਾਹ 'ਚ? ਸੁਮਰੀਤ ਹਾਂਜੀ
ਹਾਂਜੀ ਤੂੰ ਚਾਹ ਬਣਾਉਣ ਰਹੀ ਹੈ ਹਾਂਜੀ ਤੇ ਉਹਨਾਂ ਦੇ ਹੱਥ ਟੁੱਟੇ ਆ ਕਿੰਨੇ ਸੱਚੀ ਤੇਰੀ ਦੇ ਨਹੀਂ ਮੈਂ ਤਾਂ ਖੁਦ ਡਈ ਬਣਾਉਣਾ ਉਹ ਤਾਂ ਬਣਾਉਣ ਡਈ ਆ ਤੂੰ ਕਿਹੜੇ ਉੱਤੇ ਪਵਾ ਲਏਂਗੀ ਕਿੱਥੇ ਆ ਉਹ ਸੁੱਖ ਹੋਣੀ ਸੁੱਖ ਤੂੰ ਹੋਰ ਕੋਈ ਹੁਣ ਚੰਦ ਚੜਾਉਣਾ ਵਾ ਕੀ ਹੋਇਆ ਡੈਡੀ ਜੀ ਤੂੰ ਮਾਸਾ ਇੱਕ ਜਿੰਨੀ ਕੁੜੀ ਨੂੰ ਚਾਹ ਬਣਾਉਣ ਡਾਇਆ ਵਾ ਜੇ ਮੇਰੀ ਕੁੜੀ ਨੂੰ ਕੋਈ ਹੋ ਗਿਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਖਬਰਦਾਰ ਡੈਡੀ ਜੀ ਤੁਸੀਂ ਮੈਨੂੰ ਹੀ ਗੱਲਾਂ ਕਰਦੇ ਰਹਿੰਦੇ ਆਣ ਕੇ ਸੁਣ ਤੇ ਲਿਆ ਕਰੋ ਕਿਸੇ ਦੀ ਕੀ ਤੇਰੀ ਮੈਂ ਸੁਣਾ ਅੱਗੇ ਮੈਂ ਤੇਰੀਆਂ ਸੁਣ ਸੁਣ ਕੇ ਇਤਰਾ ਵੇਖਣ ਡਿਆ ਸਭ ਕੁਝ ਮੇਰੀ ਤਾਂ ਤੁਸੀਂ ਸ਼ੁਰੂ ਤੋਂ ਹੀ ਨਹੀਂ ਸੁਣੀ ਕੀ ਤੇਰੀ ਤੂੰ ਦੱਸਣ ਡਈ ਸਾਨੂੰ ਤੇ ਵੇਖਦੇ ਲਓ ਅੰਦਰ ਆਣ ਕੇ ਵੀ ਗੱਲ ਕੀ ਹੋਈ ਕਿਹੜੀ ਗੱਲ ਉਹ ਅੰਦਰ ਕਹੀ ਰਸੋਈ ਚ ਅੱਗੇ ਤੂੰ ਹੋਰ ਚੰਦ ਚੜਾਇਆ ਤੂੰ ਹੋਰ ਚੜਾਉਣਾ ਚਾਹੁੰਦੀ ਆ ਬਸ ਇਹੀ ਗੱਲ ਜੀ ਤੁਸੀਂ ਜਾਣ ਨਹੀਂ ਛੱਡਦੇ ਵੀ ਮੈਂ ਚੰਦ ਚੜਾਇਆ ਮੈਂ ਚੰਦ ਚੜਾਇਆ ਵਾ ਉਹ ਮਾਸਾ ਇੱਕ ਕੁੜੀ ਆ ਉਦੋਂ ਖੇਡਣ ਦੇ ਦੇਣ ਵਾ ਉਹਦੇ ਪੜ੍ਹਦੇ ਦੇਣ ਵਾ ਉਹਨੂੰ ਤੂੰ ਰਸੋਈ ਚ ਵਾੜਿਆ ਵਾ ਮੈਂ ਨਹੀਂ ਜੇ ਵਾੜਿਆ ਤੇ ਫਿਰ ਕਿਉਂ ਚਾਹ ਬਣਾਉਣ ਆਪ ਕਹਿੰਦੀ ਸੀ ਡੈਡੀ ਮੈਂ ਸਿੱਖਣੀ ਆ ਤੇ ਮੈਂ ਕਿਹਾ ਪਾਣੀ ਰੱਖ ਨਾਲੇ ਬਾਹਰ ਦੇ ਦੇਸ਼ਾਂ ਦੇ ਚੈਨਲ ਖੋਲ ਕੇ ਵੇਖੋ ਨਿੱਕੇ ਨਿੱਕੇ ਨਿਆਣੇ ਕੰਮ ਕਰਦੇ ਫਿਰਦੇ ਕੁਕਿੰਗ ਵਾਲੇ ਮਾਰ ਕੰਪੀਟੀਸ਼ਨ ਹੁੰਦੇ ਕਈ ਕੋ ਹੁੰਦਾ ਸਾਡੇ ਵਾਲੇ ਤਾਂ ਇੱਥੇ ਕਹਿ ਦਿੰਦੇ ਪਲੱਸ 2 ਵੀ ਕਰ ਲਈ ਨਿਆਣਿਆਂ ਨੇ ਤਾਂ ਵੀ ਨਿਆਣੇ ਆ ਨਿਆਣੇ ਆ ਹਜੇ ਵਾਹ ਵਾਹ ਸੁਖ ਤੂੰ ਕੰਪੀਟੀਸ਼ਨਾਂ ਦੀ ਡੈਬੀ ਗੱਲ ਕਰਨ ਜੇ ਕੰਪੀਟੀਸ਼ਨ ਆ ਹੀ ਤੇ ਤੂੰ ਕੰਮ ਦੀ ਗੱਲ ਹੀ ਤੇ ਤੂੰ ਉਦੋਂ ਪਹਿਲਾਂ ਕੰਮ ਕਰਦੀ ਜੇ ਕੰਮ ਕਰਦੀ ਹੁੰਦੀ ਤੂੰ ਬਰਾਬਰ ਦਾ ਕੰਮ ਕਰਦੀ ਹੁੰਦੀ ਤਾਂ ਮਨਪ੍ਰੀਤ ਅੱਜ ਜੀਦੀ ਹੁੰਦੀ ਇੱਥੇ ਕੰਮ ਹੀ ਕੰਮ ਬਸ ਤੁਸੀਂ ਟੱਲ ਤੇ ਚੜਾ ਛੜਿਆ ਇੱਕ ਹੀ ਹਰ ਟਾਈਮ ਨਹੀਂ ਤੈਨੂੰ ਨਹੀਂ ਪਤਾ ਲੱਗਦਾ ਵੀ ਮਾਸਾ ਇੱਕ ਭੋਰਾ ਜਿੰਨੀ ਕੁੜੀ ਨੂੰ ਤੂੰ ਅੰਦਰ ਵਾੜਿਆ ਰਸੋਈ ਤੇ ਆਪ ਤੂੰ ਮਾਰ ਨਾ ਨੂੰ ਕਿਤੇ ਮਾਂ ਨਾ ਪੱਖੇ ਥੱਲੇ ਖਲੋਤੀ ਆ ਮੈਂ ਆ ਬਣਾਤਾ ਗੁਰਬਨੂ ਨਾਲ ਲਿਆ ਉਹ ਆਪ ਕਹਿੰਦੀ ਚਾਚੀ ਮੈਨੂੰ ਦੱਸੋ ਮੈਂ ਚੱਲ ਮੇਰਾ ਪੁੱਤ ਪਾਣੀ ਪਾ ਕੇ ਰੱਖ ਤੇ ਮੈਂ ਹੁੰਨੀ ਆ ਤੂੰ ਉਹਨੂੰ ਕਹਿਣਾ ਸੀ ਨਾ ਤੂੰ ਪੜ ਮੈਂ ਆਪੇ ਬਣਾ ਲੈਣੀ ਆ ਚਾਹ ਤੇਰਾ ਇਰਾਦਾ ਸੀ ਵੀ ਖਰੇ ਡੈਡੀ ਹੋਣਾ ਬਾਹਰੋਂ ਚਾਹ ਮੰਗਾਤੀ ਆ ਤੇ ਡੈਡੀ ਨੇ ਅੰਦਰ ਆਉਣਾ ਹੀ ਨਹੀਂਗਾ ਤੇ ਮੈਂ ਉਹਨੂੰ ਦਾ ਛੱਡਦੀ ਆ ਕੀ ਗੱਲ ਮੇਰੀ ਨਹੀਂ ਡੈਡੀ ਇਹ ਕੁਛ ਲੱਗਦੀ ਜੇ ਲੱਗਦੀ ਨਹੀਂ ਤੂੰ ਉਹਨੂੰ ਰਸੋਈ ਚ ਵਾੜਦੀ ਜਦੋਂ ਨਿਆਣੇ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕਰਦੇ ਰਹਿਣਾ ਨਿਆਣੇ ਦੇ ਮਨ ਚ ਤੇ ਆਪੇ ਹੋਣਾ ਵੀ ਉਹ ਮੇਰੀ ਚਾਚੀ ਆ ਐਦਾਂ ਮੈਂ ਥਾਂ ਹੁਣ ਜਿਹਨੇ ਕਿਤੇ ਮਹੀਆਂ ਥੱਲੇ ਆ ਜਾਣਾ ਨਾ ਤੇ ਮਗਰੇ ਮਨਪ੍ਰੀਤ ਨੇ ਆ ਜਾਣਾ ਮੰਮੀ ਲਿਆਓ ਭਾਰੀ ਮੈਨੂੰ ਫੜਾਓ ਮੈਂ ਥਾਂ ਹੁਣ ਜਿਦੀ ਆ ਬਸ ਤੁਸੀਂ ਬਥੇਰਾ ਕਰ ਲਿਆ ਸਵੇਰ ਦਾ ਕੰਮ ਕਿਤੇ ਮੈਨੂੰ ਕੋਈ ਕੰਮ ਹੀ ਨਹੀਂ ਕਰਨ ਦਿੰਦੀ ਹੁੰਦੀ ਹੁਣ ਮੈਂ ਸਾਰੀ ਦਿਹਾੜੀ ਭਾਵੇਂ ਇੱਥੇ ਹਵੇਲੀ 'ਚ ਬੈਠੀ ਰਹਾਂ ਨਾ ਸੁੱਖ ਨੇ ਕਦੀ ਨਹੀਂ ਆਵਾਜ਼ ਮਾਰੀ ਵੀ ਮੰਮੀ ਤੁਸੀਂ ਇੱਥੇ ਕੀ ਕਰਨ ਦੇ ਜੇ ਤੁਸੀਂ ਇੱਥੇ ਸਾਡੇ ਲਾਗੇ ਆ ਜਾਓ ਨਾ ਕੋਈ ਵਾਸਤਾ ਹੀ ਨਹੀਂ ਉਹਨੂੰ ਤਾਂ ਐਂ ਹੋ ਗਿਆ ਜਿੱਦਾਂ ਪਤਾ ਨਹੀਂ ਕਿੰਨੀ ਕੁ ਸੌਖੀ ਹੋ ਗਈ ਵੀ ਵਿਹਲੀ ਹੋ ਗਈ ਆ ਵੀ ਮੈਨੂੰ ਪ੍ਰਧਾਨ ਵਾਂ ਜਿੱਦਾਂ ਕੱਖ ਨਹੀਂ ਹਾਲ ਦਿਨ ਤਾਂ ਲੰਘ ਜਾਣੇ ਆ ਪਰ ਬਹੁਤ ਔਖੇ ਲੰਘਣੇ ਆ ਕੀ ਕਰਨਾ ਹੁਣ ਮਹੀਆਂ ਵਾਂ ਤਾਂ ਵੇਖ ਕਿੱਦਾਂ ਲਿਬੜੀਆਂ ਹੀ ਆ ਹੁਣ ਥਾਂ ਹੂੰਝ ਕੇ ਤਾਂ ਇਹਨਾਂ ਨੂੰ ਮੈਂ ਕਹਿੰਦੀ ਹਾਂ ਵੀ ਮਹੀਆਂ ਨਵਾਲੋ ਇੱਕ ਵਾਰ ਹੈ ਰੌਲਾ ਪੈਣ ਡਿਆ ਜਿੱਦਾਂ ਲੈ ਵੀ ਆ ਬੁੱਢੀ ਨੇ ਫੇਰ ਕੋਈ ਨਾ ਕੋਈ ਗੱਲ ਕਰਤੀ ਹੁਣ ਤੇ ਡੈਡੀ ਇਹਦਾ ਡੈ ਪਿਆ ਹੁਣ ਆਵਾਂ ਥਾਂ ਤਾਂ ਹੁਣ ਵਿੱਚ ਹੀ ਰਹਿਣ ਦਿੰਦੀ ਪਹਿਲਾਂ ਵੇਖਾਂ ਹਾਏ ਹਾਏ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਹੀ ਉਹਨਾਂ ਦੀ ਕਲਾ ਨੇ ਉਹਨੂੰ ਵੱਡੀ ਹੋ ਲੈਂਦੇ ਉਹਨੇ ਆਪੇ ਕੰਮ ਡੈ ਪਣਾ ਕਰਨਾ ਪਤਾ ਵਾ ਉਹਨੂੰ ਕੰਮ ਦਾ ਹੋਰ ਕੋਈ ਗੱਲ ਹੀ ਨਹੀਂ ਹੁੰਦੀ ਸ਼ਦੈਣ ਮਾਮੇ ਉੱਥੋਂ ਤੇ ਐਨ ਲੱਗਣ ਡਿਆ ਪਤਾ ਕਿੰਨਾ ਕੁ ਸੰਗ ਪਾੜ ਲਿਆ ਲੜ ਲੜ ਚੁੱਪ ਜੀ ਲੱਗਣ ਡਏ ਸੁੱਖ ਹਾਂ ਹੁਣ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਜੇ ਹਾਏ ਹਾਏ
ਤੂੰ ਕੀ ਖਾਧਾ ਵਾ ਜਿਹੜਾ ਇੰਨਾ ਕੌੜਾ ਬੋਲਣ ਨੀ, ਮੈਂ ਤੈਨੂੰ ਆਵਾਜ਼ ਮਾਰੀ ਆ ਪੁੱਤ। ਮੰਮੀ ਮੈਂ ਇਕੱਲੀ ਕੌੜਾ ਬੋਲਦੀ, ਹੋਰ ਕੋਈ ਨੀ ਕੌੜਾ ਬੋਲਦਾ। ਮੈਨੂੰ ਤਾਂ ਏਦਾਂ ਲੱਗਿਆ ਤੇ ਰੌਲਾ ਪੈਣ ਡਿਆ ਜਾਂ ਫਿਰ ਮੈਨੂੰ ਭੁਲੇਖਾ ਲੱਗਾ ਹੋਊਗਾ। ਭੁਲੇਖਾ ਭੁਲੂਖਾ ਕੋਈ ਨੀ ਲੱਗਦਾ, ਸੱਚੀ ਪੈਣ ਡਿਆ ਸੀ ਉਹ ਅੰਦਰ ਬੈਠਾ ਬਾਪ, ਪੁੱਛ ਲਓ ਉਹਨੂੰ ਕੀ ਹੋਇਆ ਤੇ ਕੀ ਨਹੀਂ ਹੋਇਆ। ਮੇਰੀ ਗੱਲ ਸੁਣ ਲਓ, ਤੂੰ ਹੀ ਦੱਸ ਦੇ। ਮੈਂ ਨੀ ਜੇ ਇੱਥੇ ਰਹਿਣਾ ਹੁਣ ਤੇ ਕਿੰਨੇ ਰਹਿਣਾ ਇੱਥੇ? ਸੱਦੋ ਆਪਣੀ ਦੂਜੀ ਨੌਂ ਨੂੰ, ਸੁਮਨ ਨੂੰ, ਉਹਨੂੰ ਕਿਹਾ ਇੱਥੇ ਆ ਜੇ, ਮੈਂ ਵੀ ਚੱਲਣੀ ਆ ਆਪਣੇ ਪੇਕੇ। ਜਿਹੜੀ ਸਿੱਧੀ ਗੱਲ ਵਾ, ਫੋਨ ਆਇਆ ਵਾ ਤੇ ਆਉਣਾ ਵਾ ਅੱਜ, ਉਹ ਤੁਰ ਪਏ ਆ ਉਥੋਂ। ਤੂੰ ਕਾਹਤੋਂ ਲਾਲ ਤੱਤੀ ਹੋਈ ਜਾਨੀ ਆ ਇੰਨੀ? ਫਿਰ ਉਹਨਾਂ ਨੂੰ ਕਹਵਾਓ ਧਿਆਨ ਕੇ ਕੰਮ ਕਰਨ ਆਉਣ ਲੱਗੇ ਆ ਤੇ ਕੰਮ ਵੀ ਕਰ ਲੈਣਗੇ, ਉਹਨਾਂ ਨੂੰ ਵਿਹੜੇ ਪੈਰ ਤੇ ਪਾ ਲੈਂਦੇ, ਉਹਨਾਂ ਨੂੰ ਕੋਈ ਗੱਲਬਾਤ ਕਰ ਲੈਂਦੇ ਸਾਨੂੰ। ਕੰਮ ਹੀ ਕੰਮ, ਮੈਂ ਨੀ ਵੀ ਕਿੰਨੇ ਕੁ ਰਾਣ ਮੈਣ ਵਾ ਵੀ ਜਿਹੜਾ ਇੰਨਾ ਲੰਗਰ ਲਾਇਆ ਤੁਸੀਂ ਰੋਟੀਆਂ ਨੀ ਪੱਕਦੀਆਂ। ਬਾਪੂ ਤੇ ਇਹ ਗੱਲ ਨੂੰ ਟੱਲ ਤੇ ਜਿਹੜਾ ਹੀ ਬੈਠਾ, ਤੂੰ ਕੰਮ ਨੀ ਕਰਦਾ, ਜਦੋਂ ਮੇਰਾ ਦਿਖਦਾ ਹੀ ਨੀ ਕਿਹਨੂੰ ਕੀਤਾ ਤੇ ਫਿਰ ਮੈਂ ਕੀ ਕਰਨਾ ਵਾ? ਅਜੇ ਤਾਂ ਤੇਰੇ ਤੋਂ ਵੱਧ ਮੈਂ ਕੰਮ ਕਰਨ ਡਈ, ਮੇਰਾ ਸਾਰੀ ਉਧਰੋਂ ਵੇਲੀ ਹੋ ਜਾਈ ਆ, ਕਿੰਨਾ ਕੰਮ ਮੈਂ ਕਰਕੇ ਆਈ ਆ, ਤੁਹਾਨੂੰ ਦੋ ਰੋਟੀਆਂ ਪਕਾਉਂਦਿਆਂ ਭਾਰ ਵਾ। ਤੁਹਾਡਾ ਕੰਮ ਦੇਖ ਗਿਆ ਤੇ ਡੈਡੀ ਨੂੰ? ਡੈਡੀ ਮੈਨੂੰ ਕਿਹੜਾ ਟੱਕਰਿਆ ਵਾ, ਜਿਹੜਾ ਕੰਮ ਦੇਖ ਗਿਆ ਮੇਰਾ ਉਹਨੇ, ਫਿਰ ਤੁਹਾਡਾ ਕਿਹੜਾ ਨਾ ਕਰਨਾ, ਮੇਰਾ ਨੀ ਕਰਦਾ ਤੁਹਾਡਾ ਕਰ ਦੂਗਾ। ਤੁਹਾਨੂੰ ਚੁੱਲ੍ਹਿਆਂ 'ਚ ਅੱਗ ਬਾਲਣੀ ਪਵੇ ਨਾ ਤੁਹਾਨੂੰ ਪਤਾ ਲੱਗ ਜੇ ਸਾਰਾ, ਇਹ ਤੇ ਮਹਾਰਾਣੀਆਂ ਬਣ ਕੇ ਗੈਸ ਦਾ ਸੋਚ ਨੱਪਦੀਆਂ ਤੇ ਰੋਟੀਆਂ ਪਕਾਉਂਦੀਆਂ ਜੇ, ਅਜੇ ਵੀ ਤੁਸੀਂ ਆਫਰੀਆਂ ਜੇ ਔਖੀਆਂ ਜੇ। ਮੈਂ ਇਕੱਲੀ ਕਰਨ ਦੀ ਦੁਨੀਆ ਤੇ, ਸਭ ਦੁਨੀਆ ਗੈਸਾਂ ਤੇ ਹੀ ਹੋਈ, ਮੈਂ ਇਕੱਲੀ ਨੀ ਆਲੋਕਾਰ ਹੋਈ ਮੰਮੀ ਗੈਸ ਨਹੀਂ ਹੋਈ ਤੇ ਫਿਰ ਹੁਣ ਅੱਜ ਤੋਂ ਬਾਅਦ ਅੱਗ ਬਾਲੋ ਚੁੱਲ੍ਹੇ 'ਚ, ਇੰਨੇ ਖਰਚੇ ਸਾਥੋਂ ਨੀ ਪੁੱਗਣੇ। ਮਾਰ ਨਾਲੇ ਤੁਸੀਂ ਟੋਰ ਨਾ ਰਹਿੰਦੀਆਂ ਤੇ ਨਾਲੇ ਤੁਸੀਂ ਗੱਲਾਂ ਕਰਦੀਆਂ ਜੇ। ਕਾਹਦਾ ਖਰਚਾ ਮੇਰਾ ਤੇ ਮੇਰੇ ਮੁੰਡੇ ਦਾ, ਬੰਦਾ ਮੇਰਾ ਬਾਹਰ, ਮੈਂ ਤੇ ਆਖਣ ਡਈ ਮੈਂ ਆਪਣਾ ਬੋਰੀ ਬਿਸਤਰਾ ਚੁੱਕ ਕੇ ਅੱਜ ਪੇਕੇ ਚਲ ਜਾਂਦੀ ਹਾਂ, ਜਾਣ ਵੀ ਨੀ ਦਿੰਦਾ ਤੁਸੀਂ ਕੋਈ ਟੱਬਰ ਮੈਨੂੰ। ਤੂੰ ਤੇ ਜ਼ਿਆਦੀ ਅੱਤ ਕਰਨ ਡਈ ਆ ਫਿਰ। ਜਦੋਂ ਮੰਮੀ ਕੰਮ ਕੀਤਿਆਂ ਕਤਰਦਿਆਂ ਵੀ ਅਗਲੇ ਬੰਦੇ ਦੇ ਸਿਰ 'ਚ ਸਵਾਹ ਪਾਈ ਜਾਣੀ, ਸਵਾਹ ਹੀ ਪਾਈ ਜਾਣੀ, ਫਿਰ ਬੰਦਾ ਕੀ ਕਰੇ? ਫਿਰ ਉਹ ਗੱਲ ਵੀ ਲਿਆਉਂਦੇ ਆ ਕੋਈ ਬਣਾ ਕੇ ਤੇਰੇ ਲਈ ਮੈਡਲ, ਉਹ ਤੇਰੇ ਗੱਲ 'ਚ ਪਾਉਂਦੇ ਆ ਵੀ ਹੁਣ ਇਹ ਕੰਮ ਕਰਦੀ ਜੇ, ਪਛਾਣੋ ਇਹਨੂੰ ਵੀ ਆ ਜੇ ਕੁੜੀ ਸਾਡੀ ਕੰਮ ਕਰਦੀ। ਮੈਂ ਕਿਹਾ ਹੀ ਨੀ ਮੈਡਲ ਪਾਉਣ ਨੂੰ, ਓਦਾਂ ਹੀ ਚੁੱਪ ਕੀਤਾ ਰਹੇ ਬੰਦਾ ਤੇ ਮੈਡਲ ਹੀ ਮੈਡਲ ਵਾ। ਜੇ ਤੈਨੂੰ ਪਤਾ ਵੀ ਇੱਕ ਜਣਾ ਗੁੱਸੇ ਖੋਰ ਵਾ ਘਰ ਦੇ ਵਿੱਚ, ਉਹਦੇ ਬੰਦਾ ਗਾੜੀ ਨਾ ਬੋਲੇ ਜ਼ਿਆਦਾ, ਤੇ ਮੇਰਾ ਵੀ ਤੁਹਾਨੂੰ ਸੁਭਾਅ ਪਤਾ ਵੀ ਮੈਂ ਵੀ ਨੀ ਕਿਸੇ ਦੀ ਗੱਲ ਸੁਣਦੀ, ਤੇ ਫਿਰ ਕਿੱਦਾਂ ਚੱਲਣਾ ਘਰ ਇੱਦਾਂ? ਫਿਰ ਤਾਂ ਕਪਾਤੀ ਆ, ਰੋਜ਼ ਦਿਹਾੜੀ ਲਾਈ ਜਾਓ ਮੇਲਾ ਤੇ ਲੋਕਾਂ ਨੂੰ ਤਮਾਸ਼ਾ ਵਿਖਾਲੀ ਜਾਓ ਬਾਹਰ। ਮੈਂ ਲਾਉਂਦੀ ਤੇ ਕੌਣ ਲਾਉਂਦਾ ਵਾ? ਮੈਂ ਜਿਹੜਾ ਜਿਹੜਾ ਬੰਦਾ ਬੋਲਦਾ ਸਭ ਨੂੰ ਬੁਰਾ ਹੀ ਲੱਗਦਾ ਹੁੰਦਾ। ਹੋਇਆ ਕੀ ਆ, ਹੋਇਆ ਕੀ, ਚੱਲ ਮੈਨੂੰ ਇਹ ਦੱਸ ਵੀ ਹੋਇਆ ਕੀ ਆ? ਪੁੱਛ ਲਓ ਅੰਦਰ ਜਾ ਕੇ। ਨਹੀਂ ਚੱਲ ਉਹਨੂੰ ਲੈ ਕੇ ਪੁੱਛਣਾ, ਮੈਂ ਹੁਣ ਉਹਨੂੰ ਪੁੱਛਣ ਜਾਊਂਗੀ ਤੇ ਉਹਦੇ ਕੋਲ ਗੱਲਾਂ ਸੁਣੂਗੀ ਚਾਰ, ਤੂੰ ਹੀ ਦੱਸ ਦੇ ਹੁਣ ਕੀ ਹੋਇਆ ਵਾ। ਨਹੀਂ ਪੁੱਛ ਲਓ ਫਿਰ, ਮੇਰਾ ਵੀ ਮੰਨਣਾ, ਮੈਂ ਝੂਠ ਦੱਸਣ ਡਈ ਆ। ਹੱਦੀ ਹੋ ਗਈ ਤੁਹਾਡੇ ਵਾਲੀ ਕਿਤੇ ਬਿਲਕੁਲ, ਤੁਸੀਂ ਮੈਂ ਮੰਮੀ ਇਕੱਲੀ ਹੱਦ ਕਰਦੀ, ਬਾਕੀ ਤੇ ਕੋਈ ਹੱਦ ਹੀ ਨਹੀਂ ਕਰਦਾ। ਮੈਂ ਇਕੱਲੀ ਆ ਜਿਹੜੀ ਇੱਥੇ ਡਈ ਆ, ਮੈਨੂੰ ਹੀ ਸਾਰੇ ਟੱਬਰ ਨੇ ਮੇਰਾ ਰਲ ਮਿਲ ਕੇ ਸ਼ਦੈਨ ਬਣਾਇਆ ਵਾ। ਕਿਹੜੀ ਲਾਸ਼ ਮਿਲੀ ਆ ਸਰ? ਉਹ ਉੱਥੇ ਪਈ ਸਰ, ਅਸੀਂ ਨਹਾਉਣ ਆਏ ਤੇ ਉਹ ਸਰ ਲੰਮੇ ਲਾਸ਼ ਪਈ ਹੈ। ਪ੍ਰਭੂ ਵੇਖ ਯਾਰ, ਸਰ ਅਸੀਂ ਨਹਾਉਣ ਆਏ ਘਰੋਂ ਤੇ ਸਰ ਸਾਡੇ ਘਰ ਨਾਲ ਦੱਸਿਓ, ਰਿਕੁਐਸਟ ਆ ਸਰ ਸਾਡੇ ਅੱਗੇ। ਜਿੰਨੇ ਜਿੰਨੇ ਲਾਸ਼ ਵੇਖੀ ਸਾਰੇ ਇੱਥੇ ਹੀ ਗਿਆ ਕੋਈ ਘਰ? ਸਰ ਸਾਰੇ ਇੱਥੇ ਹੀ ਫੇਲਾ।
ਸਾਹਿਬ ਆ ਜਾ ਯਾਰ, ਇਹਦੀ ਤਾਂ ਹਾਲਤ ਬਹੁਤ ਖਰਾਬ ਹੋਈ ਆ, ਮੈਂ ਥਾਣੇ ਫੋਨ ਕਰਦਾ। ਹੈਲੋ, ਹਾਂ ਵਿਕਰਮ, ਉਹ ਯਾਰ ਲਾਸ਼ ਮਿਲੀ ਹੈ ਇੱਕ ਨਹਿਰ 'ਚੋਂ, ਅਤੇ ਜਲਦੀ ਬੰਦੇ ਭੇਜ ਬਾਹਰ ਕੱਢਣੀ ਆ। ਆਹੋ, ਉਹ ਨਾਲੇ ਜਿਨ੍ਹਾਂ ਜਿਨ੍ਹਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਹੈ ਨਾ, ਉਹਨਾਂ ਨੂੰ ਵੀ ਭੇਜ ਦੀ, ਆ ਕੇ ਪਛਾਣ ਲੈਣਗੇ। ਬਹੁਤ ਮਾੜੀ ਹਾਲਤ ਆ ਯਾਰ ਪਛਾਣ 'ਚ ਨਹੀਂ ਆਉਣ ਦੀ। ਚੱਲ ਠੀਕ ਆ, ਠੀਕ ਆ। ਮੈਂ ਤਾਂ ਇੱਥੇ ਬੈਠੀ, ਤੁਸੀਂ ਕਿੱਥੇ ਗਏ? ਮੈਂ ਤਾਂ ਤੈਨੂੰ ਲੱਭਦੀ ਫਿਰਦੀ। ਮੇਰੇ ਘਰ ਦੇ ਵਿੱਚ ਮੈਂ ਤੈਨੂੰ ਦੱਸਿਆ ਸੀਗਾ ਤੂੰ ਯਾਦ ਨਹੀਂ ਆਉਂਦਾ, ਮੇਰੇ ਘਰ ਦੇ ਵਿੱਚ ਮੇਰਾ ਸੱਸ ਸਹੁਰਾ, ਮੇਰੀਆਂ ਦੋ ਦਰਾਣੀਆਂ ਵਾ ਅਤੇ ਦੋ ਹੀ ਦੇਰ ਵਾ, ਉਹਨਾਂ ਦੇ ਅੱਗੇ ਦੋਵਾਂ ਦੇ ਬੇਟੇ ਆ, ਮੈਂ ਤਾਂ ਮੇਰਾ ਘਰ ਵਾਲਾ ਅਤੇ ਮੇਰੀ ਇਕੱਲੀ ਬੇਟੀ। ਤੁਹਾਡੀ ਬੇਟੀ ਨਹੀਂ, ਮੇਰੇ ਬੇਟਾ ਨਹੀਂ ਹੋਇਆ, ਮੇਰੀ ਇਕੱਲੀ ਬੇਟੀ ਸੀਗੀ। ਮੈਂ ਆਪਣੇ ਇਹੀ ਚੱਕਰ ਦੇ ਵਿੱਚ ਬੜੀਆਂ ਗੱਲਾਂ ਸੁਣੀਆਂ ਕਿ ਤੇਰੇ ਮੁੰਡਾ ਨਹੀਂ ਹੁੰਦਾ, ਤੇਰੇ ਮੁੰਡਾ ਨਹੀਂ ਹੁੰਦਾ। ਮੇਰੇ ਘਰ ਵਾਲੇ ਨੇ ਵੀ ਰੋਸ ਕਰਨਾ ਵੀ ਉਹਨਾਂ ਦੋਵਾਂ ਦੇ ਮੁੰਡੇ ਆ ਅਤੇ ਸਾਡਾ ਮੁੰਡਾ ਨਹੀਂ ਹੈਗਾ। ਸੱਸ ਸਹੁਰੇ ਨੂੰ ਵੀ ਹੁੰਦਾ ਸੀਗਾ ਵੀ ਉਹਨਾਂ ਦੇ ਹੁੰਦਿਆਂ ਮੁੰਡੇ ਹੋ ਗਏ ਆ ਅਤੇ ਇਹਦੀ ਇਕੱਲੀ ਕੁੜੀ ਆ। ਤੈਨੂੰ ਪਤਾ ਇਨਸਾਨ ਦੀ ਬਿਰਤੀ ਇੱਦਾਂ ਦੀ ਆ, ਜਿਹੜੀ ਚੀਜ਼ ਉਹਨਾਂ ਨੂੰ ਮਿਲ ਜਾਂਦੀ ਹੈ ਨਾ ਉਹ ਚੀਜ਼ ਦੀ ਕਦਰ ਹੀ ਨਹੀਂ ਹੁੰਦੀ। ਹੁਣ ਕਈਆਂ ਦੇ ਬੱਚਾ ਨਹੀਂ ਹੁੰਦਾ, ਉਹ ਹੱਥ ਜੋੜਦੇ ਆ ਪਰਮਾਤਮਾ ਸਾਨੂੰ ਇੱਕ ਧੀ ਦੇ ਦਿੱਤੀ, ਚੱਲ ਸਾਡੀ ਕੋਈ ਮਾਂ ਆਉਣ ਵਾਲਾ ਹੋਵੇ, ਪਿਓ ਆਉਣ ਵਾਲਾ ਹੋਵੇ, ਚੱਲ ਸਾਡੀ ਹੈ ਨਾ ਬੂਟਾ ਲੱਗੇ। ਪਰ ਨਹੀਂ, ਮੈਨੂੰ ਰੱਬ ਨੇ ਧੀ ਦਿੱਤੀ, ਉਹ ਵੀ ਇੱਡੀ ਸੋਹਣੀ ਸੁਨੱਖੀ, ਕੋਈ ਹਿਸਾਬ ਵੀ ਨਹੀਂ, ਸਾਰਿਆਂ ਨੂੰ ਪਰੇ ਕਰਦੀ ਆ ਆਪਣੇ ਘਰ ਦੇ ਵਿੱਚ, ਪਰ ਨਾ ਉਹਦੀ ਵੀ ਕੋਈ ਕਦਰ ਨਹੀਂ ਕਿ ਮੁੰਡਾ ਹੈ ਨਹੀਂ। ਅੱਜ ਕਿੱਥੇ ਚੱਲ ਗਿਆ ਸੀਗਾ? ਅੱਜ ਕਿਤੇ ਨਹੀਂ, ਅੱਜ ਬਸ ਇੱਦਾਂ ਹੀ ਘੁੰਮਣ ਫਿਰਦਾ ਰਿਹਾ। ਅੱਜ ਬੜਾ ਚਿੱਟਾ ਪਜਾਮਾ ਕੁੜਤਾ ਪਾਇਆ ਈ ਓ। ਹਾਂ, ਗਦੌੜੀ ਕਰਦਾ ਆਇਆ ਕਿਤੇ ਲੱਗਦਾ। ਬਸ ਇੱਦਾਂ ਹੀ ਗੱਲਾਂ ਗੁੱਲਾਂ ਸੁਣ ਕੇ ਆਇਆ ਲੋਕਾਂ ਦੀਆਂ। ਕੀ ਕਰਦੇ ਫਿਰ ਲੋਕੀ? ਲੋਕੀ ਕੁਝ ਨਹੀਂ, ਇੱਦਾਂ ਹੀ ਥੱਲੇ ਬੋਰ ਤੇ ਬੈਠੇ ਬੁੱਢੇ ਬੁੱਢੇ। ਹਾਂ, ਤੇ ਸਿਆਣੇ ਪਿਆਣੇ ਤੇ ਉਤਾ ਮੁੰਡੇ ਖੁੰਡੇ ਬੈਠੇ। ਹਾਂ, ਇੱਕ ਦੂਜੇ ਤੇ ਕਦੇ ਚੁਗਲੀਆਂ ਇੱਧਰੋਂ ਲਾਈ ਜਾਂਦੇ, ਕੋਈ ਉੱਧਰੋਂ ਲਾਈ ਜਾਂਦਾ, ਕੋਈ ਅੱਗ ਵੀ ਆਉਂਦਾ, ਕੋਈ ਲਾਉਂਦਾ ਏ। ਅੱਛਾ, ਇਨਸਾਨਾਂ 'ਚ ਉਹੀ ਰਹਿ ਗਿਆ ਹੁਣ, ਸਭ ਕੁਝ ਉਹ ਰਹਿ ਗਿਆ। ਅੱਗੇ ਜਨਾਨੀਆਂ ਤੇ ਚੁਗਲੀਆਂ ਕਰਦੀਆਂ ਸੁਣੀਆਂ ਸੀਗੀਆਂ, ਬੰਦੇ ਬੜੇ ਮਾਰ ਹੋ ਗਏ ਚੁਗਲੀਆਂ ਕਰਦੇ, ਬਹੁਤ ਜ਼ਿਆਦਾ ਤੇਜ਼ ਤੇ। ਮੈਂ ਤੇ ਵੇਖ ਕੇ ਹੈਰਾਨ ਹੋ ਗਿਆ ਨਾਲ ਤੇ। ਆਹੋ, ਹੱਡਾਂ ਤੇ ਬਣ ਗਈਆਂ ਵਾ। ਉਹੀ ਹੁਣ ਗੱਲਾਂ ਵੇਖਣ ਜੋਗੇ ਆ ਵੀ ਕੀ ਕੀ ਕਰਦਾ ਇਨਸਾਨ, ਕਿੱਥੋਂ ਤੱਕ ਬੰਦਾ ਡਿੱਗ ਸਕਦਾ। ਤੁਸੀਂ ਕੀ ਸੋਚਣ ਲੱਗ ਗਏ? ਮੈਂ ਇਹ ਸੋਚਣ ਡੀ ਆ, ਤੂੰ ਵੀ ਬਥੇਰਾ ਘੁੰਮ ਫਿਰ ਆਉਂਦੀ ਆ, ਇਹ ਵੀ ਘੁੰਮਣ ਫਿਰਨ ਚੱਲ ਜਾਂਦਾ ਵਾ, ਤੇ ਜੇ ਅਸੀਂ ਘੁੰਮਦੇ ਘੁੰਮਦੇ ਮੇਰੇ ਘਰ ਚੱਲ ਜਾਈਏ, ਇਦਾਂ ਹੋ ਸਕਦਾ? ਹਾਂ, ਹੋ ਸਕਦਾ ਹੈ। ਇਹ ਕਿਹੜੀ ਗੱਲ ਹੈ? ਹਾਂ, ਘਰ ਹੀ ਵੇਖਣਾ ਹੋਣਾ, ਵਿਖਾ ਦਿੰਦੇ ਹਾਂ, ਕਿੱਦਾਂ ਜਾਵਾਂਗੇ?